ਨਮਸਕਾਰ। ਪ੍ਰੋਗਰਾਮ ਤਾਰੇ ਆਖਦੇ ਦੇ ਵੇਖ ਰਹੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਮਕਰ ਸੰਕ੍ਰਾਂਤੀ ਦੇ ਉੱਤੇ ਵਿਸ਼ੇਸ਼ ਤੌਰ ਤੇ ਭਗਵਾਨ ਸੂਰਿਆ ਦੇਵ ਦੀ ਪੂਜਾ ਕਰੀਓ। ਅੱਜ ਤੁਸੀਂ ਗਰੀਬਾਂ ਨੂੰ ਕਣਕ ਦਾਨ ਕਰੀਓ, ਗੁੜ ਦਾਨ ਕਰੀਓ। ਆਉਣ ਵਾਲੇ ਟਾਈਮ 'ਚ ਤੁਹਾਨੂੰ ਬਹੁਤ ਪ੍ਰਸਿੱਧੀ ਮਿਲੇਗੀ, ਬੜਾ ਨਾਮ ਖੱਟੋਗੇ ਤੁਸੀਂ। ਲਓ ਜੀ, ਫਿਰ ਅੱਜ ਦੇ ਨੁਕਤੇ ਦੀ ਗੱਲ ਕਰਦੇ ਹਾਂ। ਬੜੇ ਹੀ ਦਰਸ਼ਕ ਸਾਨੂੰ ਪੁੱਛਦੇ ਆ ਕਿ ਟੀਬੀ ਦਾ ਯਾਨੀ ਛਾਤੀ ਦਾ ਰੋਗ ਜਿਹੜਾ ਹੈ ਉਹਦੇ ਨਾਲ ਸੰਬੰਧਿਤ ਕੋਈ ਨੁਕਤਾ ਦੱਸੋ। ਬੜੇ ਆਸਾਨ ਜਿਹਾ ਕਿ ਤੁਸੀਂ ਅੱਧਾ ਤੋਲਾ ਜਿਹੜਾ ਹੈ ਗਲੋਹ ਦਾ ਸੱਤ ਲੈਣਾ ਹੈ ਤੇ 1 ਗ੍ਰਾਮ ਛੋਟੀ ਪਿੱਪਲ ਜਿਹੜੀ ਹੈਗੀ ਹੈ ਉਹਦਾ ਚੂਰਨ ਲੈਣਾ ਹੈ। ਉਹਨੂੰ ਡੇਲੀ ਮਿਲਾ ਕੇ ਜੇ ਤੁਸੀਂ ਲੈਂਦੇ ਹੋ ਤੇ ਉਹਦੇ ਨਾਲ ਪੁਰਾਣੇ ਤੋਂ ਪੁਰਾਣਾ ਟੀਬੀ ਰੋਗ ਵੀ ਜਿਹੜਾ ਹੈ ਬਿਲਕੁਲ ਠੀਕ ਹੋ ਸਕਦਾ ਹੈ ਤੇ ਤੁਸੀਂ ਬਿਲਕੁਲ ਤੰਦਰੁਸਤ ਹੋ ਜਾਓਗੇ। ਟੋਟਕੇ ਦੀ ਗੱਲ ਕਰਦੇ ਹਾਂ। ਪਿੱਤਰ ਦੋਸ਼ ਬੜੇ ਬੰਦਿਆਂ ਨੂੰ ਹੁੰਦਾ ਹੈ। ਅਮਾਵਸ ਵਾਲੇ ਦਿਨ ਤੁਸੀਂ ਜਿਹੜਾ ਘਰ ਦਾ ਭੋਜਨ ਹੈ ਪਹਿਲਾਂ ਪਿੱਤਰਾਂ ਨੂੰ ਤੁਸੀਂ ਭੋਗ ਲਗਾਓ। ਪੁਰਾਣੇ ਜ਼ਮਾਨੇ 'ਚ ਘਰਾਂ 'ਚ ਆਲੇ ਬਣੇ ਹੁੰਦੇ ਸੀਗੇ, ਅਸੀਂ ਖਾਣਾ ਬਣਾ ਕੇ ਆਲਿਆਂ 'ਚ ਰੱਖਦਾ ਨਾ ਤੇ ਉਹ ਆਪਣੇ ਆਪ ਪਿੱਤਰਾਂ ਤੱਕ ਪਹੁੰਚਦਾ ਸੀਗਾ। ਹੁਣ ਤਾਂ ਆਲੇ ਰਹੇ ਨਹੀਂ ਘਰਾਂ ਦੇ ਵਿੱਚ, ਇਸ ਲਈ ਤੁਸੀਂ ਹੁਣ ਬ੍ਰਾਹਮਣ ਦੇਵਤਾ ਨੂੰ ਉਦੋਂ ਭੋਜਨ ਜ਼ਰੂਰ ਕਰਵਾਓ ਤੇ ਦਕਸ਼ਣਾ ਜ਼ਰੂਰ ਦਿਓ, ਜਿਹਦੇ ਨਾਲ ਕਾਫੀ ਜ਼ਿਆਦਾ ਤੁਹਾਨੂੰ ਲਾਭ ਮਿਲੇਗਾ। ਜਿੱਦਾਂ ਅਸੀਂ ਹੁਣੇ ਤੁਹਾਨੂੰ ਦੱਸਿਆ ਕਿ ਟੀਬੀ ਰੋਗ ਦੇ ਬਾਰੇ, ਚੌਥਾ ਘਰ ਜਿਹੜਾ ਜਨਮ ਕੁੰਡਲੀ ਦਾ ਹੁੰਦਾ ਛਾਤੀ ਦੇ ਰੋਗ ਦੇ ਨਾਲ ਸੰਬੰਧਿਤ। ਸੋ ਜਿਹਨੂੰ ਟੀਬੀ ਹੈ ਉਹ ਆਪਣਾ ਟੇਵਾ ਵੀ ਦਿਖਾ ਲਓ ਕਿ ਚੌਥੇ ਘਰ 'ਚ ਬੈਠਾ ਕੋਈ ਪਲੈਨਟ ਜਾਂ ਚੌਥੇ ਘਰ ਦਾ ਸਵਾਮੀ ਉਹਦਾ ਮਾੜਾ ਤਾਂ ਨਹੀਂ ਹੈ, ਤਾਂ ਕਿ ਉਹਨੂੰ ਕੋਈ ਨੈਗੇਟਿਵਿਟੀ ਤਾਂ ਨਹੀਂ ਦੇ ਰਿਹਾ, ਪ੍ਰੋਬਲਮ ਤਾਂ ਨਹੀਂ ਦੇ ਰਿਹਾ, ਬਿਮਾਰੀ ਤਾਂ ਨਹੀਂ ਵਧਾ ਰਿਹਾ, ਤਾਂ ਕਿ ਉਸ ਹਿਸਾਬ ਦੇ ਨਾਲ ਉਹਦਾ ਇਲਾਜ ਕਰਕੇ ਗ੍ਰਹਿ ਦੇ ਦਾਨ ਪੁੰਨ ਕਰਕੇ ਉਹ ਬੰਦਾ ਬਿਲਕੁਲ ਠੀਕ ਹੋ ਸਕੇ। ਆਓ ਜੀ ਰੁਦਰਾਕਸ਼ ਦੀ ਗੱਲ ਕਰਦੇ ਹਾਂ। ਬੜੇ ਲੋਕ ਜਿਹੜੇ ਕਹਿੰਦੇ ਕਿ ਉਹਨਾਂ ਦੀ ਜ਼ਿੰਦਗੀ ਐਸ਼ੋ ਆਰਾਮ ਦੀ ਹੋਵੇ, ਲਗਜ਼ਰੀਜ਼ ਹੋਣ, ਐਸ਼ ਪ੍ਰਸਤੀ ਬਹੁਤ ਹੋਵੇ ਜ਼ਿੰਦਗੀ ਦੇ ਵਿੱਚ, 13 ਮੁਖੀ ਰੁਦਰਾਕਸ਼ ਜ਼ਰੂਰ ਪਾ ਲਓ। ਕਾਮਦੇਵ ਜੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਇੰਦਰ ਜੀ ਦੇ ਸਮਾਨ ਮੰਨਿਆ ਜਾਂਦਾ ਹੈ, ਦੇਵਤਾਵਾਂ ਦੇ ਰਾਜੇ ਦੇ ਸਮਾਨ। ਜਿਹਨੂੰ ਪਾਉਣ ਤੋਂ ਬਾਅਦ ਦੇਵਤਾਵਾਂ ਦੇ ਰਾਜੇ ਇੰਦਰ ਦੇਵਤਾ ਵਾਂਗ ਹੀ ਇਨਸਾਨ ਸੁੱਖ ਭੋਗਣੇ ਸ਼ੁਰੂ ਕਰ ਦਿੰਦਾ ਹੈ। ਸ਼ਰਤ ਇਹ ਹੈ ਕਿ ਇਹ ਸਿੱਧ ਹੋਣਾ ਚਾਹੀਦਾ ਹੈ, ਤਾਂ ਹੀ ਤੁਹਾਨੂੰ ਅੱਛੇ ਰਿਜ਼ਲਟ ਦੇ ਸਕਦਾ ਹੈ। ਸੋ ਇਹ ਤੁਸੀਂ ਸੋਮਵਾਰ ਵਾਲੇ ਦਿਨ ਓਮ ਈ ਯਾ ਆਪ ਆ ਇਸ ਮੰਤਰ ਦੇ ਜਾਪ ਦੇ ਨਾਲ ਇਹਨੂੰ ਪਾਉਣਾ ਹੈ। ਵਾਸਤੂ ਦੀ ਪ੍ਰੋਬਲਮ, ਬੜੇ ਦਰਸ਼ਕਾਂ ਨੇ ਸਾਨੂੰ ਸਵਾਲ ਕੀਤਾ ਕਿ ਸਾਡੇ ਘਰ ਦੇ ਵਿੱਚ ਬੀਮ ਹੈਗਾ। ਪਹਿਲੀ ਗੱਲ ਤਾਂ ਬੀਮ ਦੇ ਥੱਲੇ ਬੈਠ ਕੇ ਕੋਈ ਕੰਮ ਨਾ ਕਰੋ, ਬੀਮ ਦੇ ਥੱਲੇ ਬੈਠ ਕੇ ਸੋਣਾ ਨਹੀਂ ਹੈ ਤੁਸੀਂ, ਕਿਉਂਕਿ ਉੱਥੇ ਬਿਮਾਰੀਆਂ ਮਿਲਦੀਆਂ ਹਨ। ਦੂਜੀ ਗੱਲ, ਬੀਮ ਤੋਂ ਬਚਾਵ ਦੇ ਲਈ ਤੁਸੀਂ 2 ਬੰਸਰੀਆਂ ਨੂੰ ਲਾਲ ਕੱਪੜਿਆਂ 'ਚ ਲਪੇਟ ਕੇ ਉਹਨੂੰ ਟ੍ਰੈਂਗੂਲਰ ਸ਼ੇਪ ਦੇ ਵਿੱਚ ਜਿੱਦਾਂ ਹੁੰਦਾ ਜਾਂ ਕਰੋਸ ਸ਼ੇਪ ਦੇ ਵਿੱਚ ਤੁਸੀਂ ਬੀਮ ਦੇ ਨਾਲ ਲਟਕਾ ਸਕਦੇ ਹੋ। ਉਹਨਾਂ ਦਾ ਮੂੰਹ ਨੀਚੇ ਵਾਲੇ ਪਾਸੇ ਹੋਣਾ ਚਾਹੀਦਾ ਹੈ, ਜਿਹਦੇ ਨਾਲ ਤੁਹਾਨੂੰ ਬਹੁਤ ਅੱਛੇ ਰਿਜ਼ਲਟਸ ਮਿਲਣਗੇ ਤੇ ਬੀਮ ਦੋਸ਼ ਤੋਂ ਬਚਾਵ ਹੋ ਜਾਏਗਾ। ਜੇ ਹੋਰ ਜ਼ਿਆਦਾ ਕਿਸੇ ਨੂੰ ਕੋਈ ਸੀਰੀਅਸ ਵਾਸਤੂ ਦੀ ਪ੍ਰੋਬਲਮ ਹੈ ਤੇ ਉਹਦੇ ਲਈ ਸਾਨੂੰ ਜ਼ਰੂਰ ਇੱਕ ਵਾਰੀ ਘਰ ਵਿਜ਼ਿਟ ਕਰਾ ਸਕਦਾ ਜਾਂ ਸਾਡੇ ਕੋਲ ਆਪਣਾ ਨਕਸ਼ਾ ਚੈੱਕ ਕਰਾ ਸਕਦਾ ਹੈ। ਹੁਣ ਗੱਲ ਕਰਦੇ ਹਾਂ ਅਸੀਂ ਰਤਨ ਦੇ ਬਾਰੇ। ਵਰਿਸ਼ਠ ਲਗਨ ਵਾਲੇ ਜਿਹੜੇ ਨੇ ਉਹਨਾਂ ਦੇ ਭਾਗੇ ਉਹਦੇ ਦੇ ਲਈ ਜਿਹੜਾ ਹੈ ਭਾਗਿਆਸ਼ਾਲੀ ਰਤਨ ਉਹਨਾਂ ਲਈ ਬਣਦਾ ਹੈ ਓਪਲ ਜਾਂ ਫਿਰ ਪੈਰੀਡੋਟ ਜਾਂ ਫਿਰ ਕੈਲਸੀਡੋਨੀ, ਇਹਨਾਂ ਤਿੰਨਾਂ ਨੂੰ ਹੀ ਉਹ ਪੈਂਡੈਂਟ ਦੇ ਵਿੱਚ ਮਿਲਾ ਕੇ ਪਾ ਸਕਦੇ ਆ, ਜਿਹਦੇ ਨਾਲ ਉਹਨਾਂ ਦਾ ਭਾਗੇ ਉਹਦੇ ਹੋਣ ਦੇ ਚਾਂਸਸ ਬਣ ਜਾਂਦੇ ਆ। ਹੁਣ ਥੋੜ੍ਹਾ ਜਿਹਾ ਅਸੀਂ ਦੱਸ ਦਈਏ ਕਿ ਐਸਟ੍ਰੋਲੋਜੀ ਦੇ ਵਿੱਚ ਜਿੱਦਾਂ ਸ਼ਨੀ ਗ੍ਰਹਿ ਦੇ ਬਾਰੇ ਗੱਲ ਕਰਦੇ ਹਾਂ ਕਿ 2 ਨਵੰਬਰ ਤੋਂ ਸ਼ਨੀ ਗ੍ਰਹਿ ਨੇ ਜਦੋਂ ਤੋਂ ਹੀ ਰਾਸ਼ੀ ਪਰਿਵਰਤਨ ਕੀਤੀ ਹੈ। ਬੜੇ ਸਾਨੂੰ ਦਰਸ਼ਕਾਂ ਦੇ ਫੋਨ ਕਾਲ ਆ ਰਹੇ ਆ ਜੀ, ਅਸੀਂ ਬਹੁਤ ਡਿਸਟਰਬ ਹੋ ਗਏ ਹਾਂ, ਸਾਨੂੰ ਬੜੀਆਂ ਪ੍ਰੋਬਲਮਸ ਆ ਗਈਆਂ, ਬੜੀਆਂ ਦਿੱਕਤਾਂ ਆ ਗਈਆਂ। ਖਾਸ ਤੌਰ ਤੇ ਮੇਸ਼, ਕਰਕ, ਸਿੰਘ ਤੇ ਵ੍ਰਿਸ਼ਚਿਕ ਰਾਸ਼ੀ ਵਾਲੇ ਤਾਂ ਬਹੁਤ ਹੀ ਜ਼ਿਆਦਾ ਡਿਸਟਰਬ ਹੋ ਗਏ ਹੈ। ਪਿਆਰੇ ਦਰਸ਼ਕੋ, ਤੁਸੀਂ ਬਿਲਕੁਲ ਘਬਰਾਓ ਨਾ, ਫੌਰਨ ਸਾਡੇ ਤੋਂ ਸਮਾਂ ਲੈ ਕੇ ਆ ਕੇ ਤੁਸੀਂ ਇੱਕ ਵਾਰੀ ਪੁੱਛ ਲਓ, ਕੋਈ ਵੀ ਪ੍ਰੋਬਲਮ ਆ ਉਹਦਾ ਸੋਲਿਊਸ਼ਨ ਤੁਹਾਡਾ ਜ਼ਰੂਰ ਹੋ ਜਾਏਗਾ।
ਹੁਣ ਦਰਸ਼ਕਾਂ ਨੂੰ ਅਸੀਂ ਦੱਸ ਦਈਏ ਕਿ 16 ਜਨਵਰੀ ਨੂੰ ਮੋਹਾਲੀ ਦੇ ਵਿੱਚ ਅਸੀਂ ਵਿਸ਼ੇਸ਼ ਤੌਰ ਤੇ ਜਾ ਰਹੇ ਹਾਂ। ਉੱਥੇ ਸਨੀ ਇਨਕਲੇਵ ਦੇ ਵਿੱਚ ਜਿਹੜੇ ਵੀ ਸਾਨੂੰ ਮਿਲਣਾ ਚਾਹੁੰਦੇ ਆ, ਸਾਡੇ ਤੋਂ ਟਾਈਮ ਲੈ ਸਕਦੇ ਆ ਤੇ ਉੱਥੇ ਆ ਕੇ ਸਾਡੇ ਕੋਲ ਮਿਲ ਸਕਦੇ ਆ। ਅੱਜ ਦੇ ਰਾਸ਼ੀਫਲ ਦੀ ਗੱਲ ਕਰਦੇ ਆ। ਮੇਸ਼ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਜਿਹੜਾ ਖਰਚੇ ਜ਼ਿਆਦਾ ਵਧਣ ਦੇ ਨਾਲ ਟੈਨਸ਼ਨ ਜ਼ਿਆਦਾ ਹੋ ਜਾਏਗੀ। ਵ੍ਰਿਸ਼ ਰਾਸ਼ੀ ਵਾਲੇ ਮਾਂ-ਬਾਪ ਤੋਂ ਅੱਜ ਤੁਹਾਨੂੰ ਕਾਫੀ ਸੁੱਖ ਸੁਵਿਧਾਵਾਂ ਮਿਲ ਸਕਦੀਆਂ। ਮਿਥੁਨ ਰਾਸ਼ੀ ਵਾਲੇ ਭਜਦੌੜ ਭਰਿਆ ਸਮਾਂ ਹੈ, ਲੇਕਿਨ ਫਿਰ ਵੀ ਅੱਜ ਤੁਹਾਨੂੰ ਤਕਦੀਰ ਬਹੁਤ ਕੁਝ ਦੇਣ ਵਾਲੀ ਹੈ। ਕਰਕ ਰਾਸ਼ੀ ਵਾਲੇ ਅੱਜ ਤੁਹਾਨੂੰ ਲੰਬੀ ਯਾਤਰਾ ਤੇ ਜਾਣ ਦਾ ਮੌਕਾ ਮਿਲ ਸਕਦਾ ਹੈ। ਸਿੰਘ ਰਾਸ਼ੀ ਵਾਲੇ ਅੱਜ ਦਾ ਦਿਨ ਕੋਈ ਨਵਾਂ ਵਾਹਨ ਜਾਂ ਕੋਈ ਨਵੀਂ ਪ੍ਰਾਪਰਟੀ ਖਰੀਦ ਸਕਦੇ ਹੋ। ਕੰਨਿਆ ਰਾਸ਼ੀ ਵਾਲੇ ਤੁਹਾਨੂੰ ਸਟੱਡੀਜ਼ ਦੇ ਵਿੱਚ ਅੱਜ ਵਿਦੇਸ਼ ਜਾਣ ਦਾ ਮੌਕਾ ਮਿਲ ਸਕਦਾ ਹੈ। ਤੁਲਾ ਰਾਸ਼ੀ ਵਾਲੇ ਪ੍ਰੇਮ ਤੋਂ ਲੈ ਕੇ ਸ਼ਾਦੀ ਤੱਕ ਦਾ ਸਫ਼ਰ ਤੈਅ ਹੋ ਸਕਦਾ ਹੈ। ਵ੍ਰਿਸ਼ਚਿਕ ਰਾਸ਼ੀ ਵਾਲਿਆਂ ਦੇ ਲਈ ਮਾਨ ਸਨਮਾਨ ਅੱਜ ਤੁਹਾਨੂੰ ਕਾਫੀ ਮਿਲ ਸਕਦਾ ਹੈ। ਧਨੂ ਰਾਸ਼ੀ ਵਾਲੇ ਵੱਡੇ ਅਧਿਕਾਰੀਆਂ ਦੇ ਨਾਲ ਜਾਣ ਪਹਿਚਾਣ ਤੁਹਾਨੂੰ ਫਾਇਦੇਮੰਦ ਸਾਬਤ ਹੋ ਸਕਦੀ ਹੈ। ਮਕਰ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਜਿਹੜਾ ਹੈ ਥੋੜ੍ਹਾ ਜਿਹਾ ਸ਼ਤਰੂਆਂ ਤੋਂ ਬਚਾਵ ਕਰਨ ਦੀ ਗੱਲ ਹੈ। ਕੁੰਭ ਰਾਸ਼ੀ ਵਾਲੇ ਬਹੁਤ ਧਿਆਨ ਦੇ ਨਾਲ ਡਰਾਈਵਿੰਗ ਕਰਨ, ਕਿਉਂਕਿ ਅੱਜ ਸੱਟ ਲੱਗਣ ਦਾ ਡਰ ਹੋ ਸਕਦਾ ਹੈ। ਤੇ ਆਖਿਰ ਦੇ ਵਿੱਚ ਮੀਨ ਰਾਸ਼ੀ ਵਾਲੇ ਅੱਜ ਮਕਾਨ ਬਣਾਉਣ ਦੇ ਵਿੱਚ ਤੁਹਾਨੂੰ ਸਫਲਤਾ ਮਿਲ ਸਕਦੀ ਹੈ। ਸੋ ਬੜੇ ਦਰਸ਼ਕ ਸਾਨੂੰ ਟੈਲੀਫੋਨ ਤੇ ਵੀ ਪੁੱਛਣਾ ਚਾਹੁੰਦੇ ਆ ਜਿਹੜੇ ਆ ਨਹੀਂ ਸਕਦੇ। ਅਸੀਂ ਦੱਸ ਦਈਏ ਕਿ 1100 ਰੁਪਇਆ ਸਾਡੀ ਫੀਸ ਹੈ ਜੇ ਟੈਲੀਫੋਨ ਤੇ ਪੁੱਛਣਾ ਚਾਹੁੰਦੇ ਹੋ। ਜੇ ਅਪੁਆਇੰਟਮੈਂਟ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਪਹਿਲੀ ਵਾਰੀ ਮਿਲਣ ਤੇ ਸਿਰਫ 300 ਰੁਪਇਆ ਫੀਸ ਹੈ ਪਹਿਲੇ ਟੇਵੇ ਦੀ। ਜੇ ਅਡੀਸ਼ਨਲ ਹੋਰ ਟੇਵੇ ਦਿਖਾਉਂਦੇ ਆ ਤਾਂ 150 ਰੁਪਏ ਉਹਨਾਂ ਦੀ ਫੀਸ ਬਣਦੀ ਹੈ। ਸੋ ਹੁਣ ਜਾਣ ਤੋਂ ਪਹਿਲਾਂ ਤੁਹਾਨੂੰ ਆਪਣਾ ਪਤਾ ਵੀ ਦੱਸਦੀ ਹੈ ਜੀ, ਕਿਉਂਕਿ ਪਤਾ ਵੀ ਦਰਸ਼ਕ ਪੁੱਛਦੇ ਆ, ਕਹਿੰਦੇ ਆ ਕਿ ਅਸੀਂ ਆਪ ਆ ਕੇ ਮਿਲਣਾ ਚਾਹੁੰਦੇ ਹਾਂ, ਤਕਦੀਰ ਦਾ ਹਾਲ ਜਾਣਨਾ ਚਾਹੁੰਦੇ ਹਾਂ, ਤੁਹਾਡੇ ਤੋਂ ਰਤਨ ਤੇ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਹਾਂ, ਵਾਸਤੂ ਦਾ ਵਿਜ਼ਿਟ ਕਰਵਾਉਣਾ ਚਾਹੁੰਦੇ ਹਾਂ, ਰੇਕੀ ਦੀ એનર્ਜੀ ਲੈਣਾ ਚਾਹੁੰਦੇ ਹਾਂ, ਜਾਂ ਤੁਹਾਡੇ ਤੋਂ ਜਿਹੜਾ ਹੈ ਅਸੀਂ ਆਪਣੇ ਭਵਿੱਖ ਦੇ ਬਾਰੇ ਜਾਣਨਾ ਚਾਹੁੰਦੇ ਹਾਂ। ਪਿਆਰੇ ਦਰਸ਼ਕੋ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਟਾਈਮ ਲੈ ਸਕਦੇ ਹੋ। ਸਾਡਾ ਪਤਾ ਨੋਟ ਕਰ ਲਓ, ਜੋਤਸ਼ੀ ਸੁਖਮਿੰਦਰ, 30G ਸਰਾਭਾ ਨਗਰ, ਲੁਧਿਆਣਾ, ਪੰਜਾਬ, ਇੰਡੀਆ। ਫੋਨ ਨੰਬਰ 94170-2533 ਤੇ 98-726-2533। ਜਾਣ ਤੋਂ ਪਹਿਲਾਂ ਇਹੀ ਕਹਾਂਗੇ ਕਿ ਸਭ ਤੋਂ ਵੱਡਾ ਦਰਜਾ ਮਾਂ ਦਾ। ਜਦੋਂ ਵੀ ਘਰੋਂ ਜਾਂਦੇ ਹੋ ਮਾਂ ਦੇ ਚਰਨ ਚੁੱਕ ਕੇ ਜਾਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਓ, ਗੁਰੂ ਜਨਾਂ ਦੇ ਦੱਸੇ ਹੋਏ ਰਸਤੇ ਤੇ ਚੱਲੋ, ਝੂਠ ਨਾ ਬੋਲੋ, ਗਾਲਾਂ ਨਾ ਕੱਢੋ, ਕਿਸੇ ਦਾ ਮਾੜਾ ਨਾ ਕਰੋ, ਤਕਦੀਰ ਤੁਹਾਡੀ ਬਹੁਤ ਵਧੀਆ ਹੋ ਜਾਏਗੀ। ਨਸ਼ਿਆਂ ਤੋਂ ਪਰਹੇਜ਼ ਕਰਿਓ, 10 ਵੰਦ ਕੱਢ ਕੇ ਨੇਕ ਕੰਮਾਂ 'ਚ ਜ਼ਰੂਰ ਲਗਾਉਂਦੇ ਰਹੀਓ, ਧੀਆਂ ਨੂੰ ਕੋਈ ਖਰਚ ਨਾ ਮਾਰੀਓ, ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾ ਦਿਓ, ਫਿਰ ਦੇਖਿਓ ਤੁਹਾਡੇ ਸਾਰੇ ਸਿਤਾਰੇ ਕਿੰਨੇ ਜ਼ਿਆਦਾ ਵਧੀਆ ਹੁੰਦੇ ਆ। ਜੋਤਿਸ਼ ਦੇ ਨਾਮ ਤੇ ਵਹਿਮਾਂ ਭਰਮਾਂ 'ਚ ਬਿਲਕੁਲ ਨਾ ਪਈਓ, ਛੋਟੇ ਛੋਟੇ ਦਾਨ ਪੁੰਨ ਪਾਠ ਪੂਜਾ ਉਪਾਏ ਕਰਕੇ ਤੁਸੀਂ ਬਹੁਤ ਵਧੀਆ ਢੰਗ ਨਾਲ ਤਰੱਕੀ ਦੇ ਰਸਤੇ ਤੇ ਜਾ ਸਕਦੇ ਹੋ। ਕੱਲ ਫਿਰ ਮਿਲਦੇ ਹਾਂ, ਕੱਲ ਤੱਕ ਲਈ ਨਮਸਕਾਰ।